ਪੀਸ਼ ਨੇ ਲਗਭਗ 7-8 ਵਜੇ ਵਾਲੀਆਂ ਖਬਰਾਂ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸੁਖਬੀਰ ਬਾਦਲ ਸਾਹਿਬ ਨੇ ਬਹੁਤ ਹੀ ਵਧੀਆ ਕਦਮ ਚੁੱਕਿਆ ਹੈ ਤੇ ਕਦਮ ਚੁੱਕ ਕੇ ਪੌੜੀਆਂ ਤੇ ਰੱਖਿਆ ਹੈ, ਫਿਰ ਤਾਹਾਂ ਚੜ੍ਹ ਕੇ ਫਿਰ ਥੱਲੇ ਨੂੰ ਉਤਰਿਆ ਤੇ ਉਹਨਾਂ ਨੇ ਪਤਲੇ ਹੋਣ ਦਾ ਪ੍ਰਣ ਕਰਿਆ ਹੈ। ਪੰਜਾਬ ਦੀਆਂ ਖੱਬੇ ਪੱਖੀ ਪਾਰਟੀਆਂ ਨੇ ਫੈਸਲਾ ਕੀਤਾ ਕਿ ਹੁਣ ਅਸੀਂ ਸੱਜੇ ਪਾਸੇ ਜਾਵਾਂਗੀਆਂ ਕਿਉਂਕਿ ਖੱਬੇ ਪਾਸੇ ਬਹੁਤ ਟਾਈਮ ਰਹਿਣੀਆਂ। ਕਨੇਡਾ ਤੋਂ ਖਬਰ ਆਈ ਹੈ ਕਿ ਪੰਜਾਬ ਦਾ ਮੌਸਮ ਬਹੁਤ ਵਧੀਆ ਹੈ। ਗੱਲ ਪੰਜਾਬ ਦੀ ਹੈ ਪਰ ਆਈ ਕਨੇਡਾ ਤੋਂ ਹੈ ਅਤੇ ਆਪਾਂ ਇੱਥੇ ਬੈਠ ਕੇ ਕਨੇਡਾ ਦਾ ਮੌਸਮ ਵੀ ਪਤਾ ਕਰਦੇ ਹਾਂ। ਕੋਈ ਨਹੀਂ, ਖੜ ਜਾਓ। ਸੁਖਬੀਰ ਬਾਦਲ ਨੂੰ ਅੱਧੀ ਰਾਤ ਨੂੰ ਭੁੱਖ ਲੱਗੀ ਤਾਂ ਉਹਨਾਂ ਨੇ ਹਰਸ਼ਮਿਤ ਨੂੰ ਕਿਹਾ, ਅਰੇ ਡ੍ਰਾਈਵ ਖਿਆ ਲਿਆ ਦੇ। ਤਾਂ ਹਰਸ਼ਮਿਤ ਨੇ ਕਿਹਾ, ਤੈਨੂੰ ਤਾਂ ਕਿਤੇ ਬਜਾ ਚੁੱਪ ਕਰਕੇ। ਤਾਂ ਉਹ ਆਰਾਮ ਨਾਲ ਪੈ ਗਏ। ਸਿੱਧੂ ਮੂਸੇਵਾਲੇ ਨੇ ਰਾਜਾ ਬੜਿੰਗ ਨੂੰ ਫੋਨ ਕਰਕੇ ਕਿਹਾ, ਓ ਹੈਲੋ ਤਾਸ਼ ਖੇਡ ਗਿਆ। ਤਾਂ ਰਾਜਾ ਬੜਿੰਗ ਨੇ ਕਿਹਾ, ਮੈਨੂੰ ਭਾਜਾ ਵੋਟਾਂ ਦਾ ਫਿਕਰ ਹੈ ਵੀ ਜਿੱਤਾਂਗੇ ਕਿ ਨਹੀਂ ਸਰ ਤਾਸ਼ ਦਾ। ਸੁਖਬੀਰ ਸਾਹਿਬ ਨੇ ਕੈਪਟਨ ਨੂੰ ਫੋਨ ਲਾ ਕੇ ਕਿਹਾ, ਹੈਲੋ ਕੈਪਟਨ, ਥਰਡ ਜੀ ਫੀਮ ਦੇ ਦੇ, ਥਰਡ ਜੀ ਯਾਰ ਮੇਰਾ ਮੋਢਾ ਦੁਖਦਾ ਨਾਲੇ ਥੋੜ੍ਹਾ ਜਿਹਾ ਗੋਡਾ। ਤਾਂ ਕੈਪਟਨ ਸਾਹਿਬ ਨੇ ਕਿਹਾ, ਯਾਰ ਤੈਨੂੰ ਦਿੱਤੀ ਤਾਂ ਸੀ, ਉਹੀ ਮੰਗੀ ਜਾਂਦਾ ਵਾਰ ਵਾਰੀ, ਮੇਰੇ ਕੋਲ ਤਾਕਤ ਥੋੜ੍ਹੀ ਹੈ ਤੇ ਤੂੰ ਆਪਦਾ ਕਿਤੋਂ